ਕੈਨੇਡੀਅਨ ਗਾਇਕ ਜਸਟਿਨ ਬੀਬਰ ਮੁੰਬਈ ਪਹੁੰਚ ਚੁੱਕੇ ਨੇ ਤੇ ਭਾਰੀ ਸੁਰੱਖਿਆ ਫੋਰਸ ਦੇ ਨਾਲ ਉਹਨਾਂ ਨੂੰ ਏਅਰਪੋਰਟ ਤੋਂ ਬਾਹਰ ਵੇਖਿਆ ਗਿਆ। ਜਸਟਿਨ ਬੀਬਰ ਅਨੰਤ ਰਾਧਿਕਾ ਦੇ ਵਿਆਹ ਤੋਂ ਪਹਿਲਾਂ ਸੰਗੀਤ ਸਮਾਗਮ ਦੇ ਵਿੱਚ ਪਰਫਾਰਮ ਕਰਨਗੇ ਅਤੇ ਖੂਬ ਮਹਿਫਿਲ ਜਮਾਉਣਗੇ। ਦੱਸਣਾ ਬਣਦਾ ਹੈ ਕਿ ਜਸਟਿਨ ਬੀਬਰ 7 ਸਾਲ ਬਾਅਦ ਇੰਡੀਆ ਆਏ ਨੇ। ਇਸ ਤੋਂ ਪਹਿਲਾਂ ਉਹਨਾਂ ਨੇ ਸਾਲ 2022 ਦੇ ਵਿੱਚ ਇੰਡੀਆ 'ਚ ਇੱਕ ਸੰਗੀਤ ਸਮਾਰੋਹ ਕਰਨਾ ਸੀ, ਪਰ ਉਹਨਾਂ ਨੂੰ ਸਿਹਤ ਸਮੱਸਿਆਵਾਂ ਆ ਗਈਆਂ ਜਿਸ ਕਾਰਨ ਪ੍ਰੋਗਰਾਮ ਕੈਂਸਲ ਕਰਨਾ ਪਿਆ ਤੇ ਬਹੁਤ ਸਾਰੇ ਫੈਨਸ ਦਾ ਦਿਲ ਵੀ ਟੁੱਟ ਗਿਆ। ਪਰ ਹੁਣ ਕਾਫੀ ਲੰਬੇ ਸਮੇਂ ਬਾਅਦ ਜਸਟਿਨ ਬੀਬਰ ਇੰਡੀਆ ਆਏ ਨੇ ਤੇ ਅੰਬਾਨੀ ਫੈਮਿਲੀ ਦੇ ਪ੍ਰੋਗਰਾਮ ਦੇ ਵਿੱਚ 4 ਚੰਨ ਲਗਾਉਣਗੇ ਅਤੇ ਉਹਨਾਂ ਦੇ ਮਹਿਮਾਨਾਂ ਲਈ ਪਰਫਾਰਮ ਕਰਨਗੇ। ਦੱਸਣਾ ਬਣਦਾ ਹੈ ਕਿ ਜਸਟਿਨ ਬੀਬਰ ਨੇ ਵਿਆਹ ਦੇ ਵਿੱਚ ਪਰਫਾਰਮ ਕਰਨ ਲਈ $10 million ਯਾਨੀ ਕਿ 83 ਕਰੋੜ ਰੁਪਏ ਚਾਰਜ ਕੀਤੇ ਨੇ ਅਤੇ ਇਸ ਤੋਂ ਪਹਿਲਾਂ ਇੰਟਰਨੈਸ਼ਨਲ ਕਲਾਕਾਰ ਰਿਹਾਨਾ, ਕੈਟੀ ਪੇਰੇ, ਪਿਟਬੁਲ, ਡੀਜੇ ਡੇਵਿਡ ਗੋਇਟਾ, ਐਡਰੀਆ ਬੋਸੇਲੀ ਅਤੇ ਬੈਕਸਟ੍ਰੀਟ ਬੁਆਇਜ਼ ਜੋੜੇ ਨੇ ਵਿਆਹ ਤੋਂ ਪਹਿਲਾਂ ਦੇ ਸਮਾਗਮਾਂ ਦੇ ਵਿੱਚ ਪ੍ਰਦਰਸ਼ਨ ਕੀਤਾ ਸੀ। ਇਸ ਤੋਂ ਇਲਾਵਾ ਦਲਜੀਤ ਦੋਸਾਂਝ ਅਤੇ ਗੁਰੂ ਰੰਧਾਵਾ ਵਰਗੇ ਕਲਾਕਾਰਾਂ ਨੇ ਵੀ ਸਟੇਜ ਤੇ ਪਰਫਾਰਮ ਕੀਤਾ ਸੀ। ਅਨੰਤ ਅੰਬਾਨੀ ਅਤੇ ਰਾਧਿਕਾ ਮਰਚੰਟ ਦੇ ਵਿਆਹ ਤੋਂ ਪਹਿਲਾਂ ਪੂਰਾ ਪਰਿਵਾਰ ਮਮੇਰੂ ਰਸਮ ਲਈ ਇਕੱਠੇ ਵੇਖਿਆ ਗਿਆ ਸੀ। ਇਸ ਸਮਾਗਮ ਤੋਂ ਰਾਧਿਕਾ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਦੀਆਂ ਖੂਬਸੂਰਤ ਤਸਵੀਰਾਂ ਵੀ ਸਾਹਮਣੇ ਆਈਆਂ ਸਨ ਤੇ ਹੁਣ ਜਸਟਿਨ ਬੀਬਰ ਨੂੰ ਵੀ ਇੰਡੀਆ 'ਚ ਅੰਬਾਨੀ ਪਰਿਵਾਰ ਦੇ ਫੰਕਸ਼ਨ ਦੇ ਵਿੱਚ ਰੰਗ ਜਮਾਉਂਦੇ ਵੇਖਿਆ ਜਾਵੇਗਾ। ਕੈਨੇਡੀਅਨ ਗਾਇਕ ਜਸਟਿਨ ਬੀਬਰ ਮੁੰਬਈ ਪਹੁੰਚ ਚੁੱਕੇ ਨੇ ਤੇ ਭਾਰੀ ਸੁਰੱਖਿਆ ਫੋਰਸ ਦੇ ਨਾਲ ਉਹਨਾਂ ਨੂੰ ਏਅਰਪੋਰਟ ਤੋਂ ਬਾਹਰ ਵੇਖਿਆ ਗਿਆ। ਜਸਟਿਨ ਬੀਬਰ ਅਨੰਤ ਰਾਧਿਕਾ ਦੇ ਵਿਆਹ ਤੋਂ ਪਹਿਲਾਂ ਸੰਗੀਤ ਸਮਾਗਮ ਦੇ ਵਿੱਚ ਪਰਫਾਰਮ ਕਰਨਗੇ ਅਤੇ ਖੂਬ ਮਹਿਫਿਲ ਜਮਾਉਣਗੇ। ਦੱਸਣਾ ਬਣਦਾ ਹੈ ਕਿ ਜਸਟਿਨ ਬੀਬਰ 7 ਸਾਲ ਬਾਅਦ ਇੰਡੀਆ ਆਏ ਨੇ। ਇਸ ਤੋਂ ਪਹਿਲਾਂ ਉਹਨਾਂ ਨੇ ਸਾਲ 2022 ਦੇ ਵਿੱਚ ਇੰਡੀਆ 'ਚ ਇੱਕ ਸੰਗੀਤ ਸਮਾਰੋਹ ਕਰਨਾ ਸੀ, ਪਰ ਉਹਨਾਂ ਨੂੰ ਸਿਹਤ ਸਮੱਸਿਆਵਾਂ ਆ ਗਈਆਂ ਜਿਸ ਕਾਰਨ ਪ੍ਰੋਗਰਾਮ ਕੈਂਸਲ ਕਰਨਾ ਪਿਆ ਤੇ ਬਹੁਤ ਸਾਰੇ ਫੈਨਸ ਦਾ ਦਿਲ ਵੀ ਟੁੱਟ ਗਿਆ। ਪਰ ਹੁਣ ਕਾਫੀ ਲੰਬੇ ਸਮੇਂ ਬਾਅਦ ਜਸਟਿਨ ਬੀਬਰ ਇੰਡੀਆ ਆਏ ਨੇ ਤੇ ਅੰਬਾਨੀ ਫੈਮਿਲੀ ਦੇ ਪ੍ਰੋਗਰਾਮ ਦੇ ਵਿੱਚ 4 ਚੰਨ ਲਗਾਉਣਗੇ ਅਤੇ ਉਹਨਾਂ ਦੇ ਮਹਿਮਾਨਾਂ ਲਈ ਪਰਫਾਰਮ ਕਰਨਗੇ। ਦੱਸਣਾ ਬਣਦਾ ਹੈ ਕਿ ਜਸਟਿਨ ਬੀਬਰ ਨੇ ਵਿਆਹ ਦੇ ਵਿੱਚ ਪਰਫਾਰਮ ਕਰਨ ਲਈ $10 million ਯਾਨੀ ਕਿ 83 ਕਰੋੜ ਰੁਪਏ ਚਾਰਜ ਕੀਤੇ ਨੇ ਅਤੇ ਇਸ ਤੋਂ ਪਹਿਲਾਂ ਇੰਟਰਨੈਸ਼ਨਲ ਕਲਾਕਾਰ ਰਿਹਾਨਾ, ਕੈਟੀ ਪੇਰੇ, ਪਿਟਬੁਲ, ਡੀਜੇ ਡੇਵਿਡ ਗੋਇਟਾ, ਐਡਰੀਆ ਬੋਸੇਲੀ ਅਤੇ ਬੈਕਸਟ੍ਰੀਟ ਬੁਆਇਜ਼ ਜੋੜੇ ਨੇ ਵਿਆਹ ਤੋਂ ਪਹਿਲਾਂ ਦੇ ਸਮਾਗਮਾਂ ਦੇ ਵਿੱਚ ਪ੍ਰਦਰਸ਼ਨ ਕੀਤਾ ਸੀ। ਇਸ ਤੋਂ ਇਲਾਵਾ ਦਲਜੀਤ ਦੋਸਾਂਝ ਅਤੇ ਗੁਰੂ ਰੰਧਾਵਾ ਵਰਗੇ ਕਲਾਕਾਰਾਂ ਨੇ ਵੀ ਸਟੇਜ ਤੇ ਪਰਫਾਰਮ ਕੀਤਾ ਸੀ। ਅਨੰਤ ਅੰਬਾਨੀ ਅਤੇ ਰਾਧਿਕਾ ਮਰਚੰਟ ਦੇ ਵਿਆਹ ਤੋਂ ਪਹਿਲਾਂ ਪੂਰਾ ਪਰਿਵਾਰ ਮਮੇਰੂ ਰਸਮ ਲਈ ਇਕੱਠੇ ਵੇਖਿਆ ਗਿਆ ਸੀ। ਇਸ ਸਮਾਗਮ ਤੋਂ ਰਾਧਿਕਾ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਦੀਆਂ ਖੂਬਸੂਰਤ ਤਸਵੀਰਾਂ ਵੀ ਸਾਹਮਣੇ ਆਈਆਂ ਸਨ ਤੇ ਹੁਣ ਜਸਟਿਨ ਬੀਬਰ ਨੂੰ ਵੀ ਇੰਡੀਆ 'ਚ ਅੰਬਾਨੀ ਪਰਿਵਾਰ ਦੇ ਫੰਕਸ਼ਨ ਦੇ ਵਿੱਚ ਰੰਗ ਜਮਾਉਂਦੇ ਵੇਖਿਆ ਜਾਵੇਗਾ।